लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। गुरु जी का खालसा, वाहिगुरु जी की फतेह। अंग है 300, गौड़ी की वार, महला चौथा। एक ओंकार सतगुरु प्रसाद, श्लोक महला चौथा। सतगुर पुरख दयाल है, जिसनों समत सब कोए। हांजी, गौड़ी की बार महल, गौड़ी की बार, गौड़ी की बार, महला चौथा, महला चौथा, एक ओंकार सतगुर प्रसाद, सतगुर प्रसाद, श्लोक महला चौथा, श्लोक महला चौथा, सतगुर पुरख दयाल है, सतगुर पुरख दयाल है, जिसनो समत सब कोए, जिसनो समत सब कोए, एक दृष्ट कर देखदा, एक दृष्ट कर देखदा, मन पावनी ते सिद्ध होए, मन पावनी ते सिद्ध होए, सतगुर विच अमृत है, सतगुर विच अमृत है, हर उत्तम हर पद सोए, हर उत्तम हर पद सोए, नानक कृपा करे ते हर त्याई, नानक कृपा ते हर त्याई, गुरमुख पावे कोए, गुरमुख पावे कोए, महला चौथा, महला चौथा, हौ मैं माया सब विख है, हौ मैं माया सब विख है, नित जग तोटा संसार, नित जग तोटा संसार, लाहा हर तन खटिया, लाहा हर तन खटिया, गुरमुख शब्द विचार, गुरमुख शब्द विचार, हौ मैं मैल विख उतरे, हौ मैं मैल विख उतरे, हरे अमृत हरे उरतार, हरे अमृत हरे उरतार, सब कारज तिनके सिद्ध है, सब कारज तिनके सिद्ध है, जिन गुरमुख कृपा तार, जिन गुरमुख कृपा तार, नानक जो तुर मिले से मिल रहे, नानक
ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਨਹਾਰ ਹਰ ਮੇਲੇ ਸਿਰਜਨਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਸੱਚ ਸੱਚਾ ਗੋਸਾਈ ਤੁਧ ਨੂੰ ਸਭ ਧਿਆਈਂਦੀ ਤੁਧ ਨੂੰ ਸਭ ਧਿਆਈਂਦੀ ਸਭ ਲੱਗੈ ਤੇਰੀ ਪਾਈ ਸਭ ਲੱਗੈ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏਂਦਾ ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ ਗੌੜੀ ਕੀ ਵਾਰ ਮਹੱਲਾ ਚੌਥਾ। ਚੌਥੇ ਪਾਤਸ਼ਾਹ ਨੇ ਗੌੜੀ ਦੀ ਵਾਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਲਈ ਉਹਦੀ ਸਿਫਤ ਸਲਾਹ ਦੀ ਗੱਲ ਮਹਾਰਾਜ ਅਤੇ ਨਾਲ ਹੀ ਜਿਹੜੇ ਨਿੰਦਕ ਨੇ ਉਹਨਾਂ ਦਾ ਕੀ ਬਣਦਾ ਪੂਰਨ ਤੌਰ 'ਤੇ ਮਹਾਰਾਜ ਨੇ ਵਿਸਥਾਰ ਨਾਲ ਖੋਲਿਆ ਅਤੇ ਸੰਗਤ ਦੀ ਵਡਿਆਈ ਦੀ ਗੱਲ ਕਰਦੇ ਨੇ। ਇਹਦੇ ਵਿੱਚ ਪੰਜ ਸਲੋਕ ਜਿਹੜੇ ਨੇ ਉਹ ਪੰਚਮ ਪਾਤਸ਼ਾਹ ਦੇ ਵੀ ਆਉਣਗੇ, ਬਾਕੀ ਸਾਰੇ ਸਲੋਕ ਅਤੇ ਪੌੜੀਆਂ ਜਿਹੜੀਆਂ ਨੇ ਉਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਸਲੋਕ ਮਹੱਲਾ ਚੌਥਾ, ਸਤਿਗੁਰ ਪੁਰਖ ਦਇਆਲ ਹੈ ਜਿਸਨੋਂ ਸਮਤ ਸਭ ਕੋਏ। ਇਹਦਾ ਉਚਾਰਨ ਸਮਤ ਹੈ, ਸੁਮਤ ਨਹੀਂ, ਸੰਮਤ ਵੀ ਨਹੀਂ। ਜੇ ਸੱਸੇ ਥੱਲੇ ਔਂਕੜ ਲਾ ਦੀਏ ਸੁਮਤ ਫਿਰ ਚੰਗੀ ਮਤ ਵਾਲਾ, ਤੱਤੇ ਥੱਲੇ ਵਿਸ਼ੇਸ਼ਣ ਦਿੱਤਾ ਮਹਾਰਾਜ ਨੇ ਕਿ ਉਹ ਸਭ ਨੂੰ ਇੱਕੋ ਜਿਹਾ ਵੇਖਦਾ ਹੈ, ਬਰਾਬਰ ਉਹਦੇ ਲਈ ਸਾਰੇ। ਸਤਿਗੁਰ ਪੁਰਖ ਦਇਆਲ ਹੈ, ਉਹ ਦਇਆ ਦਾ ਘਰ ਹੈ, ਦਿਆਲੂ ਹੈ, ਉਹਦੇ ਲਈ ਸਾਰੇ ਹੀ ਇੱਕੋ ਜਿਹੇ ਨੇ, ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦਾ ਹੈ। ਸਭ ਕੋਈ ਏਕ ਦ੍ਰਿਸ਼ਟਿਕੜ ਦੇਖਦਾ ਮਨ ਭਾਵਣੀ ਤੇ ਸਿੱਧ ਹੋਏ, ਉਹ ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦਾ ਹੈ, ਉਹਦੇ ਲਈ ਕੋਈ ਚੰਗਾ ਜਾਂ ਮਾੜਾ ਨਹੀਂ। ਪਰ ਮਨ ਭਾਵਣੀ ਤੇ ਸਿੱਧ ਹੋਏ, ਮਨ ਦੀ ਭਾਵਨਾ ਨਾਲ, ਮਨ ਦੀ ਸ਼ਰਧਾ ਨਾਲ, ਮਨ ਦੇ ਪ੍ਰੇਮ ਨਾਲ ਉਹਨੂੰ ਪਾਇਆ ਜਾ ਸਕਦਾ ਹੈ, ਉਹਦੇ ਲਈ ਸਾਰੇ ਇੱਕੋ ਜਿਹੇ ਆ। ਅਸੀਂ ਜਿਹੋ ਜਿਹੀ ਸ਼ਰਧਾ ਲੈ ਕੇ, ਜਿਹੋ ਜਿਹੀ ਭਾਵਨਾ ਲੈ ਕੇ ਆਉਂਦੇ ਹਾਂ ਸਤਿਗੁਰੂ ਕੋਲ, ਉਹੋ ਜਿਹਾ ਫਲ ਪਾ ਲੈਂਦੇ ਹਾਂ। ਪੰਜਾਬੀ ਦੀ ਕਹਾਵਤ ਹੈ ਕਿ ਜੈਸੀ ਨੀਤ ਤੈਸੀ ਮੁਰਾਦ, ਜਿਹੋ ਜਿਹੀ ਨੀਤਾਂ ਲੈ ਕੇ ਆਉਂਦੇ ਹਾਂ ਉਹੋ ਜਿਹੀਆਂ ਮੁਰਾਦਾਂ ਪਾ ਲੈਂਦੇ ਹਾਂ। ਫਿਰ ਇਸ ਕਰਕੇ ਸਤਿਗੁਰੂ ਕੋਲ ਤਾਂ ਉਹ ਤਾਂ ਦਇਆ ਦਾ ਘਰ ਹੈ, ਉਹ ਦਿਆਲੂ ਹੈ, ਕਿਰਪਾਲੂ ਹੈ, ਮਿੱਠ ਬੋਲੜਾ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰਿ ਉੱਤਮ ਹਰ ਪਦ ਸੋਏ। ਸਤਿਗੁਰ ਸੱਚ ਦਾ ਗਿਆਨ, ਮਗਰ ਇਹਦੇ ਵਿੱਚ ਤਾਂ ਅੰਮ੍ਰਿਤ ਭਰਪੂਰ ਹੈ, ਸਤਿਗੁਰ ਵਿੱਚ ਤਾਂ ਅੰਮ੍ਰਿਤ ਨਾਲ ਭਰਿਆ ਹੋਇਆ ਹੈ। ਹਰ ਪਦ, ਉਹ ਹਰੀ ਦਾ ਪਦ ਜਿਹੜਾ ਅਵਸਥਾ ਜਿਹੜੀ ਜਿਹੜਾ ਉਹਨੂੰ ਪ੍ਰਾਪਤ ਕਰਦਾ, ਉਹ ਉੱਤਮ ਅਵਸਥਾ ਹੈ, ਉਹ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਜਿਹੜਾ ਵੀ ਉਹਦੇ ਨਾਲ ਜੁੜਦਾ, ਕਿਉਂਕਿ ਉੱਚ ਅਵਸਥਾ ਵਿੱਚ ਹੈ। ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੈ ਕੋਏ। ਪਰ ਪਾਤਸ਼ਾਹ ਨੇ ਉਹ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰਦਾ, ਬਖਸ਼ਿਸ਼ ਕਰਦਾ ਤਾਂ ਹਰੀ ਨੂੰ ਧਿਆਉਂਦਾ ਬੰਦਾ,
ਅਤੇ ਹਰੀ ਨੂੰ ਧਿਆ ਕੇ ਉਸ ਪ੍ਰਭੂ ਨੂੰ ਧਿਆ ਕੇ ਹੀ ਗੁਰੂ ਦੁਆਰਾ ਉਹਨੂੰ ਪਾ ਸਕਦਾ ਹੈ। ਮਤ ਕੋਈ ਜਾਣੇ ਕਿ ਮੈਂ ਆਪਣੇ ਆਪ ਮੈਂ ਨਾਲ ਆਪਣੀ ਹਉਮੈ ਨਾਲ ਆਪਣੀ ਵਡਿਆਈ ਨਾਲ ਆਪਣੀ ਵਿਧਵਤਾ ਨਾਲ ਆਪਣੇ ਪੈਸੇ ਦੇ ਜ਼ੋਰ ਨਾਲ ਆਪਣੇ ਸਰੀਰਕ ਬਲ ਨਾਲ ਆਪਣੇ ਰਾਜਸੀ ਬਲ ਨਾਲ ਉਹਨੂੰ ਪ੍ਰਾਪਤ ਕਰ ਲਵਾਂਗਾ। ਮਹਾਰਾਜ ਕਹਿੰਦੇ ਨਹੀਂ, ਉਹ ਤਾਂ ਜਿਹਦੇ 'ਤੇ ਕਿਰਪਾ ਕਰਦੇ ਨਾਨਕ ਕਿਰਪਾ 'ਤੇ ਹਰ ਪਾਈ ਹੈ, ਉਹ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਹਾਂ, ਗੁਰੂ ਦੁਆਰਾ ਉਦੋਂ ਬੰਦਾ ਧਿਆਉਂਦਾ ਹੈ ਅਤੇ ਉਦੋਂ ਹੀ ਗੁਰੂ ਗੁਰਮੁਖ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਮਹੱਲਾ ਚੌਥਾ, ਹਉਮੈ ਮਾਇਆ ਸਭ ਬਿਖ ਹੈ ਨਿਤ ਜਗ ਤੋਟਾ ਸੰਸਾਰ। ਇਹ ਹਉਮੈ ਮੈਂ ਮੇਰੀ, ਇਹ ਮਾਇਆ, ਇਹ ਸੰਸਾਰ ਦੇ ਪਦਾਰਥ ਜਿੰਨੇ ਵੀ ਨੇ, ਇਹ ਸਾਰਾ ਦਾ ਸਾਰਾ ਹੀ ਪਾਤਸ਼ਾਹ ਨੇ ਬਿਖ ਹੈ। ਮਾਇਆ ਜੇਵੜ ਦੁੱਖ ਨਹੀਂ ਕੋਈ, ਪਰ ਇਸ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਵੇਖੋ ਸੰਸਾਰ 'ਚ ਫਿਰ ਵੀ ਇਹਨੂੰ ਇਕੱਠਾ ਕਰਦਾ ਕਰਦਾ ਫਿਰ ਵੀ ਘਾਟੇ 'ਚ ਰਿਹਾ ਹੈ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਵਾਧੇ ਵਿੱਚ ਹਾਂ, ਘਾਟੇ 'ਚ ਰਹੀ, ਨਿੱਤ ਜਗ ਤੋਟਾ ਘਾਟਾ ਹੀ ਖਾ ਰਿਹਾ ਸੰਸਾਰ। ਲਾਹਾ ਹਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ। ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਉਹਨਾਂ ਨੇ ਸਹੀ ਮਨ ਵਿੱਚ ਇਸ ਨਾਮ ਰੂਪੀ ਧਨ ਦਾ ਲਾਹਾ ਖੱਟਿਆ, ਕਿਉਂਕਿ ਅਸੀਂ ਆਏ ਹੀ ਅਸੀਂ ਕਰਕੇ ਸਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁੱਕਦੀ ਚੱਲੀ ਰਹਿਣ। ਉਮਰ ਬੀਤ ਜੀ ਜਾ ਰਹੀ ਹੈ, ਅਸੀਂ ਹਰ ਰੋਜ਼ ਆਪਣੀ ਮੌਤ ਦੇ ਨਜ਼ਦੀਕ ਜਾ ਰਹੇ ਹਾਂ। ਮਾਂ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਦਿਨ ਦਿਨ ਅਵਧ ਘਟਦਾ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਵੱਡੇ ਹੋ ਗਏ, ਵੱਡੇ ਨਹੀਂ ਹੋ ਰਹੇ, ਘਟ ਰਹੇ ਹਾਂ, ਚੇਤੇ ਕਰਾਉਂਦੇ ਨੇ ਮਹਾਰਾਜ ਸਾਨੂੰ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਇਹ ਸੰਸਾਰ ਵਿੱਚ ਜਿਹੜਾ ਲਾਹ ਹੈ ਉਹ ਹੈ ਨਾਮ ਧਨ ਦਾ, ਉਹ ਪਾਇਆ ਕਿਵੇਂ ਜਾਏਗਾ? ਗੁਰਮੁਖ ਸ਼ਬਦ ਵਿਚਾਰ, ਗੁਰੂ ਵਾਲਾ ਬਣ ਕੇ ਸ਼ਬਦ ਦੀ ਵਿਚਾਰ ਕਰਕੇ। ਹਉਮੈ ਮੈਲ ਵਿਖ ਉਤਰੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹਉਮੈ ਦੀ ਮੈਲ, ਇਹ ਜਿਹੜੀ ਜ਼ਹਿਰ ਚੜ੍ਹੀ ਹੋਈ ਹੈ ਨਾ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਇਹ ਹਉਮੈ ਮੈਲ ਵਿਖ ਉਤਰੈ, ਹਰ ਅੰਮ੍ਰਿਤ ਹਰ ਉਰਧਾਰ। ਇਸ ਕਰਕੇ ਉਸ ਹਰੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਹਿਰਦੇ ਵਿੱਚ ਧਾਰਨ ਕਰ, ਤੇਰੀ ਇਹ ਬਿਖ, ਇਹ ਜ਼ਹਿਰ, ਇਹ ਮੈਲ ਇਹ ਲਹਿ ਜਾਏਗੀ। ਸਭ ਕਾਰਜ ਤਿੰਨ ਕੇ ਸਿੱਧ ਹੈ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਜਿਨ ਗੁਰਮੁਖ ਕਿਰਪਾ ਧਾਰ। ਜਿਨ੍ਹਾਂ ਨੂੰ ਗੁਰੂ ਦੁਆਰਾ ਕਿਰਪਾ ਹੋਈ ਹੈ, ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ, ਜਿਨ੍ਹਾਂ ਉੱਤੇ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਜੋ ਉਸ ਧੁਰ ਮਾਲਕ ਨਾਲ ਜਾ ਮਿਲੇ ਉਹ ਤਾਂ ਫਿਰ ਮਿਲੇ ਨੇ, ਉੱਥੇ ਵਿਛੋੜਾ ਨਹੀਂ। ਕਿਉਂਕਿ ਦੁਨੀਆਂ ਦੇ ਅਸੀਂ ਜਿਹਨੂੰ ਵੀ ਮਿਲਦੇ ਹਾਂ ਉਹਦੇ 'ਚ ਵਿਛੋੜਾ ਹੈ, ਚਾਹੇ ਮਾਂ ਹੈ, ਚਾਹੇ ਪਿਤਾ ਹੈ, ਚਾਹੇ ਦੋਸਤ ਹੈ, ਚਾਹੇ ਭੈਣ ਭਰਾ ਹੈ, ਚਾਹੇ ਕੋਈ ਮਨੁੱਖੀ ਤੌਰ 'ਤੇ ਆਪਣਾ ਟੀਚਰ ਹੈ, ਅਸੀਂ ਉਹਨੂੰ ਗੁਰੂ ਮੰਨ ਬੈਠਦੇ ਹਾਂ, ਪਰ ਮਾਰ ਕਹਿੰਦੇ ਉੱਥੇ ਤਾਂ ਵਿਛੋੜਾ ਹੈ। ਪਰ ਜਿਹੜੇ ਉਸ ਪਰਮਾਤਮਾ ਨੂੰ ਤੁਰ ਜਾ ਮਿਲੇ, ਕਹਿੰਦੇ ਉਹ ਮਿਲ ਰਿਹਾ, ਉੱਥੇ ਮਿਲੇ ਰਹਿੰਦੇ ਨੇ, ਫਿਰ ਉਹਨਾਂ 'ਚ ਵਿਛੋੜਾ ਨਹੀਂ। ਹਰ ਮੇਲੇ ਸਿਰਜਣਹਾਰ, ਪਰ ਮਿਲਦਾ ਕੌਣ ਹੈ? ਉਹ ਸਿਰਜਣਹਾਰ ਵਾਹਿਗੁਰੂ ਅਕਾਲ ਪੁਰਖ ਆਪ ਕਿਰਪਾ ਕਰਕੇ ਆਪਣੇ ਨਾਲ ਮਿਲ ਲੈਂਦਾ। ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਹੁਣ ਪੌੜੀ ਵਿੱਚ ਮਹਾਰਾਜ ਅਰਥ ਨੇ ਜਿਹੜੇ ਸਾਰੇ ਇਹ ਸੰਪੂਰਨ ਕਰਦੇ ਨੇ ਉਪਰਲੇ ਸ਼ਬਦਾਂ ਦੋਨਾਂ ਦੇ। ਹੇ ਪ੍ਰਭੂ ਤੂੰ ਸੱਚਾ ਹੈ, ਸਾਹਿਬ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ,
ਸੱਚ ਹੈ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਹੁਣ ਵੀ ਸੱਚ ਹੈ। ਸੱਚ ਸੱਚਾ ਗੋਸਾਈ, ਸਹੀ ਮਨੈ ਵਿੱਚ ਤੂੰ ਸੱਚਾ ਹੈ, ਗੋਸਾਈ ਹੈ, ਸਾਰੀ ਧਰਤੀ ਦਾ ਸਾਈ ਹੈ, ਮਾਲਕ ਹੈ ਤੂੰ। ਤੁਧ ਨੂੰ ਸਭ ਧਿਆਈ ਦੀ ਸਭ ਲੱਗਾ ਤੇਰੀ ਪਾਈ, ਸਾਰੀ ਸ੍ਰਿਸ਼ਟੀ ਤੈਨੂੰ ਧਿਆਉਂਦੀ ਹੈ, ਸਾਰੀ ਤੇਰੀ ਚਰਨੀ ਲੱਗੀ ਹੋਏ ਨੇ, ਤੇਰੀ ਸਿਫਤ ਸਵਾਲਿਓ ਸਰੂਪ ਹੈ, ਤੇਰੀ ਸਿਫਤ ਸਲਾਹ ਬੜੀ ਸੋਹਣੀ ਹੈ, ਸੁੰਦਰ ਸਰੂਪ ਵਾਲੀ ਹੈ। ਜਿਨ ਕੀਤੀ ਤਿਸ ਪਾਰ ਲੰਘਾਈ, ਜਿਨ੍ਹਾਂ ਨੇ ਤੇਰੀ ਸਿਫਤ ਸਲਾਹ ਕੀਤੀ ਹੈ ਉਹਨਾਂ ਨੂੰ ਤੂੰ ਪਾਰ ਲੰਘਾ ਦਿੱਤਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਭ ਤੋਂ ਵੱਡੇ ਦੌਲਤ, ਧਨ ਦੌਲਤ ਮਾਲ ਉਹਨਾਂ ਕੋਲ ਹੈ ਜਿਹੜੇ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ, ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਜਿਹੜੇ ਗੁਰਮੁਖਾਂ ਨੇ ਉਹਨਾਂ ਨੂੰ ਇਹ ਫਲ ਮਿਲਦਾ ਕਿ ਉਹ ਸੱਚਿਆ ਤੇਰੇ ਵਿੱਚ ਹੀ ਜਾ ਸਮਾਉਂਦੇ ਨੇ, ਉਹ ਤੇਰੇ ਵਰਗੇ ਹੋ ਗਏ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਹੇ ਸੱਚੇ ਪਾਤਸ਼ਾਹ, ਤੁਸੀਂ ਵੱਡੇ ਹੋ, ਤੁਹਾਡੀ ਮੱਤ ਵੱਡੀ ਹੈ, ਸਾਡੀ ਮੱਤ ਛੋਟੀ ਹੈ, ਤੇਰੀਆਂ ਤਾਂ ਵਡਿਆਈ ਬਹੁਤ ਵੱਡੀਆਂ ਨੇ, ਤੈਨੂੰ ਵਡਿਆਈਆਂ ਦੁਆਰਾ ਹੀ ਪਾਇਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਨੇ ਆਸਾ ਦੀ ਵਾਰ ਵਿੱਚ, ਵਡਿਆਈ ਵੱਡਾ ਪਾਇਆ, ਉਸ ਨੂੰ ਵਡਿਆਈ ਦੁਆਰਾ ਹੀ ਪਾ ਕੇ ਕੀਤਾ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਹਾਂਜੀ, ਸਲੋਕ ਮਹੱਲਾ ਚੌਥਾ। ਸਲੋਕ ਮਹੱਲਾ ਚੌਥਾ। ਬਿਨ ਨਾਵੇਂ ਹੋਰ ਸਲਾਹਣਾ, ਬਿਨ ਨਾਵੇਂ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਦ, ਸਭ ਬੋਲਣ ਫਿੱਕਾ ਸਾਦ, ਮਨ ਮੁਖ ਅੰਕਾਰ ਸਲਾਹਦੇ, ਮਨ ਮੁਖ ਅੰਕਾਰ ਸਲਾਹਦੇ, ਹਉਮੈ ਮਮਤਾ ਬਾਦ, ਹਉਮੈ ਮਮਤਾਵਾਦ, ਜਿਨ ਸਲਾਹਨ ਸੇ ਮਰੈ, ਜਿਨ ਸਲਾਹਨ ਸੇ ਮਰੈ, ਖਪ ਜਾਵੇ ਸਭ ਅਪਵਾਦ, ਅਪਵਾਦ, ਜਨ ਨਾਨਕ ਗੁਰਮੁਖ ਉਭਰੇ, ਜਨ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ, ਪਰਮਾਨਾਦ। ਮਹੱਲਾ ਚੌਥਾ। ਸਤਿਗੁਰ ਸਤਿਗੁਰ ਹਰ ਪ੍ਰਭ ਦਸ, ਸਤਿਗੁਰ ਹਰ ਪ੍ਰਭ ਦਸ, ਨਾਮ ਧਿਆਈ ਮਨ ਹਰੀ, ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ ਹਰ, ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ ਸਭ ਦੁੱਖ ਪਰ ਹਰੀ, ਮੁਖ ਬੋਲੀ ਦੁੱਖ ਪਰ ਹਰੀ, ਪੌੜੀ ਪੌੜੀ ਤੂੰ ਆਪੇ ਆਪ ਨਿਰੰਕਾਰ ਕਾਰ ਹੈ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ, ਨਿਰੰਜਨ ਹਰ ਰਾਇਆ, ਜਿਨੇ ਤੂੰ
ਇੱਕ ਮਨ ਸੱਚ ਧਿਆਇਆ, ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨਕਾ ਸਭ ਦੁੱਖ ਗਵਾਇਆ, ਤਿਨਕਾ ਸਭ ਦੁੱਖ ਗਵਾਇਆ, ਤੇਰਾ ਸ਼ਰੀਕ ਕੋ ਨਾਹੀ, ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੇ ਲਾਏ ਸੁਣਾਇਆ, ਜਿਸਨੂੰ ਲਵੇ ਲਾਏ ਸੁਣਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਣਾ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਣਾ, ਤੂੰ ਹੈ ਸੱਚ ਮੇਰੇ ਮਨ ਪਾਇਆ, ਤੂੰ ਹੈ ਸੱਚ ਮੇਰੇ ਮਨ ਪਾਇਆ, ਸੱਚੇ ਮੇਰੇ ਸਾਹਿਬਾ, ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ, ਸੱਚੇ ਸੱਚ ਨਾਇਆ। ਸਲੋਕ ਮਹੱਲਾ ਚੌਥਾ। ਵਿਣ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਨਾਮ ਤੋਂ ਬਿਨਾਂ ਹੋਰ ਦੁਨੀਆਦਾਰੀਆਂ ਦੀਆਂ ਸਿਫਸਲਾਂ ਕਰੀ ਜਾਣੀਆਂ, ਇਹ ਬੋਲਣਾ ਫਜ਼ੂਲ ਹੈ। ਮਾਰੇ ਕਹਿੰਦੇ ਸਾਰਾ ਹੀ ਸਾਰਾ ਕੁਝ ਹੀ ਫਜ਼ੂਲ ਹੈ। ਬਾਕੀ ਮਨਮੁੱਖ ਅਹੰਕਾਰ ਸਲਾਹਾਂ ਦੇ ਹਉਮੈ ਮਮਤਾਵਾਦ। ਜਿਹੜੇ ਮਨਮੁੱਖ ਨੇ ਉਹ ਹੰਕਾਰੀ ਹੋਏ ਹੋਏ ਸਲਾਹੁੰਦੇ ਨੇ ਆਪਣੀ ਆਪੇ, ਆਪਣੇ ਮੂੰਹ ਆਪੇ ਮੀਆਂ ਮਿੱਠੂ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਕਰਦੇ ਨੇ। ਬਸ ਇੱਕ ਦੂਜੇ ਨੇ ਸਿਫ ਸਲਾਹ ਕਰੀ ਜਾਂਦੇ ਨੇ। ਹਉਮੈ ਹੈ, ਮਮਤਾ ਹੈ, ਮੈਂ ਮੇਰੀ ਹੈ, ਅਤੇ ਵਾਦ ਨੇ ਝਗੜੇ, ਉਹਨਾਂ ਵਿੱਚ ਫਿਰ ਝਗੜੇ ਖੜ੍ਹੇ ਹੋ ਜਾਂਦੇ ਨੇ। ਜਿਨ ਸਲਾਹਣ ਸੇ ਮਰ ਖਪੈ, ਜਿਨ੍ਹਾਂ ਦੀਆਂ ਉਹ ਸਿਫ ਸਲਾਹ ਕਰਦੇ ਨੇ ਉਹ ਤਾਂ ਮਰ ਖਪ ਗਏ ਕਦੋਂ ਦੇ, ਉਹ ਤਾਂ ਕਦੋਂ ਦੇ ਚਲੇ ਗਏ। ਕਹਿੰਦੇ ਉਸ ਨੂੰ ਲੈ ਕੇ ਫੜੇ ਬੈਠੇ ਰਹਿੰਦੇ, ਅਸੀਂ ਬਰਸੀਆਂ ਬਣਾਉਂਦੇ ਰਹਿੰਦੇ ਹਾਂ। ਕਹਿੰਦੇ ਜਿਨ ਸਲਾਹਣ ਸਿਮਰ ਖਪੈ, ਖਪ ਜਾਵੇ ਸਭ ਅਪਵਾਦ, ਅਤੇ ਜਿੰਨਾ ਵੀ ਸਾਰਾ ਅਪਵਾਦ ਸੀ ਸਾਰਾ ਝਗੜਾ ਹੀ ਮੁੱਕ ਜਾਂਦਾ ਉਸੇ ਵੇਲੇ। ਉਹਦੇ ਆਪਣਾ ਨਾਲ ਹੀ ਲੈ ਕੇ ਚਲੇ ਗਏ ਸਾਰਾ ਕੁਝ। ਫਿਰ ਕੀ ਕਰਨਾ ਚਾਹੀਦਾ? ਜਨ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ। ਪਰ ਜਿਹੜੇ ਤੇਰੇ ਜਨ ਨੇ, ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਜਨ ਨਾਨਕ ਗੁਰਮੁਖ ਉੱਭਰੇ, ਉੱਥੇ ਗੁਰੂ ਵਾਲੇ ਬਣ ਕੇ ਸਹੀ ਮਨ 'ਚ ਗੁਰੂ ਦੇ ਅਨੁਸਾਰੀ ਹੋ ਕੇ ਸੰਸਾਰ ਤੋਂ ਉੱਭਰੇ ਨੇ। ਜਪ ਹਰ ਹਰ ਪਰਮਾਨੰਦ, ਉਸ ਪਰਮ ਆਨੰਦ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰ ਸਿਮਰ ਕੇ ਉਹਨਾਂ ਦਾ ਪਰ ਉਤਾਰਾ ਹੋਇਆ। ਮਹੱਲਾ ਚੌਥਾ। ਸਤਿਗੁਰ ਹਰ ਪ੍ਰਭ ਦੱਸ, ਨਾਮ ਧਿਆਈ ਮਨ ਹਰੀ। ਹੇ ਸਤਿਗੁਰੂ ਜੀਓ, ਸਾਨੂੰ ਉਸ ਹਰੀ ਪ੍ਰਭੂ ਦੀ ਦੱਸ ਪਾਓ, ਦੱਸੋ ਉਹਦੇ ਬਾਰੇ, ਤਾਂ ਕਿ ਅਸੀਂ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਮਨ ਅੰਦਰ ਧਿਆਈਏ। ਨਾਨਕ ਨਾਮ ਪਵਿੱਤ ਹਰ, ਚੌਥੇ ਪਾਤਸ਼ਾਹ ਮੈਂ ਕਹਿੰਦੇ ਉਹਦਾ ਹਰੀ ਦਾ ਨਾਮ ਜਿਹੜਾ ਹੈ ਪਰਮਾਤਮਾ ਦਾ, ਉਹ ਪਵਿੱਤਰ ਕਰ ਦੇਣ ਵਾਲਾ ਹੈ, ਪਵਿੱਤਰ ਹੈ। ਨਾਨਕ ਨਾਮ ਪਵਿੱਤ ਹਰ, ਮੁੱਖ ਬੋਲੀ ਸਭ ਦੁੱਖ ਪਰ ਹਰੀ। ਜਿਹਨੂੰ ਮੁੱਖੋਂ ਬੋਲਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਇੰਨਾ ਪਵਿੱਤਰ ਹੈ। ਪੌੜੀ ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਫਿਰ ਮਹਾਰਾਜ ਸਪਸ਼ਟ ਕਰਦੇ ਨੇ ਪੌੜੀ ਵਿੱਚ, ਫਿਰ ਸਾਨੂੰ ਕਿਹਦਾ ਨਾਮ ਜਪਣਾ ਚਾਹੀਦਾ ਹੈ? ਉਸ ਪਰਮਾਤਮਾ ਨੂੰ ਸੰਬੋਧਨ ਹੋ ਕੇ, ਹੇ ਪ੍ਰਭੂ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀਓ, ਤੁਸੀਂ ਆਪਣੇ ਆਪ ਤੋਂ ਆਪ ਪੈਦਾ ਹੋਏ ਹੋ। ਪਹਿਲੀ ਗੱਲ, ਤੂੰ ਆਪੇ ਆਪ ਨਿਰੰਕਾਰ ਹੈ, ਤੁਹਾਡਾ ਆਕਾਰ ਕੋਈ ਨਹੀਂ, ਨਿਰੰਜਨ ਹੋ, ਇਸ ਮਾਇਆ ਤੋਂ ਰਹਿਤ ਹੋ, ਕਾਲਕ ਤੋਂ ਹਰ ਰਾਇਆ, ਹੇ ਹਰੀ, ਤੁਸੀਂ ਸਾਰੀ ਸ੍ਰਿਸ਼ਟੀ ਦੇ ਰਾਜੇ ਹੋ।
ਮਾਲਕ ਹੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ। ਤੁਹਾਡੀ ਇਹ ਸਿਫਤਾਂ ਨੇ ਕਿਉਂਕਿ ਤੁਸੀਂ ਮਾਤਾ ਦੇ ਪੇਟ ਵਿੱਚ ਨਹੀਂ ਆਉਂਦੇ, ਤੁਹਾਡਾ ਆਪਣਾ ਆਕਾਰ ਕੋਈ ਨਹੀਂ। ਨਿਰੰਜਨ ਹਰ ਰਾਇਆ ਜਿਨ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ। ਜਿਨ੍ਹਾਂ ਨੇ ਵੀ ਤੈਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਤੂੰ ਉਹਨਾਂ ਦੇ ਦੁੱਖਾਂ ਨੂੰ ਦੂਰ ਕੀਤਾ। ਜਿਸਨੇ ਵੀ ਭਾਵੇਂ ਕੋਈ ਵੀ ਹੈ ਜਿਹਨੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਤੈਨੂੰ ਅਰਾਧਿਆ ਇਹ ਪ੍ਰਭੂ ਤਿਨਕਾ ਸਭ ਦੁੱਖ ਗਵਾਇਆ। ਤੇਰਾ ਸ਼ਰੀਕ ਕੋ ਨਾਹੀਂ, ਤੇਰੇ ਬਰਾਬਰ ਦਾ ਹੋਰ ਹੈ ਕੋਈ ਨਹੀਂ ਜਿਹਦੇ ਕੋਲ ਅਸੀਂ ਹੋਰ ਕੁਝ ਕਹਿ ਸਕੀਏ ਉਹਦੇ ਵਰਗਾ। ਇਹ ਵੀ ਹੈਗਾ ਕਿਉਂਕਿ ਉਹਦੇ ਬਰਾਬਰ ਦਾ ਸ਼ਰੀਕ ਕੋਈ ਨਹੀਂ। ਤੇਰਾ ਸ਼ਰੀਕ ਕੋ ਨਾਹੀਂ ਜਿਸ ਨੂੰ ਲਵੈ ਲਾਏ ਸੁਣਾਇਆ। ਹੇ ਪ੍ਰਭੂ ਜਿਹਨੂੰ ਬਰਾਬਰੀ ਕਰਕੇ ਮੈਂ ਤੇਰੇ ਬਿਆਨ ਹੋਰ ਦੇ ਨਾਲ ਅਸੀਂ ਕਰ ਸਕੀਏ ਤੇਰੀ ਬਰਾਬਰੀ, ਕਿਉਂਕਿ ਤੇਰੇ ਬਰਾਬਰ ਦਾ ਹੈ ਕੋਈ ਨਹੀਂ ਹੋਰ। ਇਸ ਕਰਕੇ ਅਸੀਂ ਆਪਣੇ ਦੁੱਖ ਆਪਣੇ ਸੁੱਖ ਆਪਣੇ ਮਨ ਦੀ ਬਿਰਥਾ ਤੈਨੂੰ ਕਹਿ ਸਕਦੇ ਹਾਂ। ਤੁਰ ਜੀਵੜ ਦਾਤਾ ਤੂੰ ਹੈ ਨਿਰੰਜਣਾ, ਹੈ ਨਿਰੰਜਨ ਹੈ ਮਾਇਆ ਤੋਂ ਰਹਿਤ। ਹੇ ਪ੍ਰਭੂ ਤੇਰੇ ਵਰਗਾ ਤੇ ਦਾਤਾ ਤੂੰ ਹੀ ਹੈ, ਹੋਰ ਹੈ ਨਹੀਂ ਕੋਈ। ਤੂੰ ਹੈ ਸੱਚ ਮੇਰਾ ਮਨ ਭਾਇਆ, ਤੂੰ ਸੱਚ ਹੈ ਹਮੇਸ਼ਾ ਰਹਿਣ ਵਾਲਾ ਹੈ, ਮੇਰੇ ਮਨ ਨੂੰ ਭਾ ਗਿਆ, ਮੇਰੇ ਮਨ ਨੂੰ ਹੁਣ ਚੰਗਾ ਲੱਗਣ ਲੱਗ ਪਿਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ, ਐ ਮੇਰੇ ਸਾਹਿਬ ਤੂੰ ਸੱਚਾ ਹੈ, ਤੇਰਾ ਨਾਮ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਇਸ ਕਰਕੇ ਤੇਰੇ ਨਾਮ ਨਾਲ ਜੁੜ ਕੇ ਹੀ ਤੈਨੂੰ ਪ੍ਰਾਪਤ ਕੀਤਾ ਜਾ ਸਕਦਾ। ਮਹੱਲਾ ਚੌਥਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਉਮੈ ਰੋਗ ਹੈ ਭਰਮ ਭੂਲੇ ਮਨਮੁਖ ਦੁਰਜਨਾ। ਕਿਉਂਕਿ ਮਨ ਅੰਦਰ ਰੋਗ ਹੈ ਹਉਮੈ ਦਾ ਅਤੇ ਦੂਜੇ ਭਰਮ ਪਾਲ ਲਏ ਨਾਲ, ਇਸ ਕਰਕੇ ਪਾਤਸ਼ਾਹ ਕਹਿੰਦੇ ਭੁੱਲ ਗਏ ਕੌਣ ਮਨਮੁੱਖ ਅਤੇ ਦੁਰਜਨ। ਜਿਹੜੇ ਮਨਮੁੱਖ ਨੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਭੈੜੀ ਬਿਰਤੀ ਵਾਲੇ ਨੇ, ਉਹਨਾਂ ਅੰਦਰ ਹਉਮੈ ਦੇ ਰੋਗ ਕਰਕੇ ਭਰਮ ਪਾਲ ਬੈਠੇ। ਨਾਨਕ ਰੋਗ ਗਵਾਏ, ਚੌਥੇ ਪਾਤਸ਼ਾਹ ਕਹਿੰਦੇ ਇਸ ਆਪਣੇ ਰੋਗ ਨੂੰ ਗਵਾ। ਕਿਸ ਤਰ੍ਹਾਂ ਗਵਾ? ਮਿਲ ਸਤਿਗੁਰੂ ਸਾਧੂ ਸੱਜਣਾ, ਸਤਿਗੁਰੂ ਨੂੰ ਮਿਲ ਕੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਕੇ ਸਾਧ ਸੰਗਤ ਵਿੱਚ ਜਾ ਕੇ ਇਸ ਆਪਣੇ ਹਉਮੈ ਦੇ ਰੋਗ ਨੂੰ ਅਤੇ ਭਰਮ ਭੁਲੇਖਿਆਂ ਨੂੰ ਦੂਰ ਕਰ ਲੈ, ਤੇਰਾ ਜਿਉਣਾ ਜਿਹੜਾ ਆਉਣਾ ਜਿਹੜਾ ਉਹ ਸਫਲ ਹੋ ਜਾਏਗਾ, ਤੈਨੂੰ ਜੀਵਨ ਦੀ ਜਾਂਚ ਦਾ ਪਤਾ ਲੱਗ ਜਾਏਗਾ ਤੂੰ ਕਿਉਂ ਆਇਆ ਕਾਹਦੇ ਵਾਸਤੇ ਆਇਆ ਕੀ ਕਰਨਾ ਆ। ਵਾਹਿਗੁਰੂ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।